ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ। ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੱਲੀਆਂ ਨੇ। ਹਰਸਿਮਰਤ ਕੌਰ ਬਾਦਲ ਦੇ ਆਉਣ ਤੋਂ ਪਹਿਲਾਂ ਦਰਅਸਲ ਹੰਗਾਮੇ ਦੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਜਿੱਥੇ ਕਿ ਆਪਸ ਦੇ ਵਿੱਚ ਕੁਝ ਨੌਜਵਾਨ ਭਿੜਦੇ ਹੋਏ ਨਜ਼ਰ ਆਏ। ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਦੂਜੇ 'ਤੇ ਕੁਰਸੀਆਂ ਚਲਾਈਆਂ ਜਾ ਰਹੀਆਂ ਨੇ, ਇੱਕ ਦੂਜੇ 'ਤੇ ਕੁਰਸੀਆਂ ਦੇ ਨਾਲ ਵਾਰ ਕੀਤਾ ਜਾ ਰਿਹਾ। ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਦਰਅਸਲ ਇਹ ਹੰਗਾਮੇ ਦੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦਰਅਸਲ ਬਠਿੰਡਾ ਦੇ ਵਿੱਚ ਜਿਹੜਾ ਇੱਕ ਯੂਥ ਅਕਾਲੀ ਦਲ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਹਰਸਿਮਰਤ ਕੌਰ ਬਾਦਲ ਦੇ ਆਉਣ ਤੋਂ ਪਹਿਲਾਂ, ਜਿੱਥੇ ਕਿ ਹੰਗਾਮਾ ਹੋਣਾ ਸ਼ੁਰੂ ਹੋ ਗਿਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਯੂਥ ਅਕਾਲੀ ਦਲ ਦੇ ਵਰਕਰ ਨਜ਼ਰ ਆ ਰਹੇ ਨੇ, ਵੱਡੀ ਗਿਣਤੀ ਵਿੱਚ ਕੁਰਸੀਆਂ ਵੇਖੀਆਂ ਜਾ ਸਕਦੀਆਂ ਨੇ। ਉਹ ਕੁਰਸੀਆਂ ਇੱਕ ਦੂਜੇ 'ਤੇ ਚਲਾਈਆਂ ਜਾ ਰਹੀਆਂ ਨੇ, ਇੱਕ ਦੂਜੇ 'ਤੇ ਕੁਰਸੀਆਂ ਦੇ ਨਾਲ ਜਿਹੜਾ ਕਿ ਹਮਲਾ ਕੀਤਾ ਜਾਂਦਾ। ਦਰਅਸਲ ਬਠਿੰਡਾ ਦੇ ਵਿੱਚ ਜਿਹੜਾ ਕਿ ਯੂਥ ਅਕਾਲੀ ਦਲ ਦਾ ਇਹ ਪ੍ਰੋਗਰਾਮ ਸੀਗਾ, ਹਰਸਿਮਰਤ ਕੌਰ ਬਾਦਲ ਜਿਹੜੇ ਕਿ ਚੌਥੀ ਵਾਰ ਬਠਿੰਡਾ ਦੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਅਕਾਲੀ ਦਲ ਦੇ ਉਹਨਾਂ ਨੂੰ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ, ਅਤੇ ਇਸ ਦੇ ਵਿੱਚ ਵਾਲੇ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨ ਜੁੜੇ ਹੋਏ ਨੇ। ਸੂਰਜ, ਅਸੀਂ ਤਸਵੀਰਾਂ ਵਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਇਹ ਹੰਗਾਮਾ ਹੋਇਆ, ਕਿਵੇਂ ਇੱਕ ਦੂਜੇ ਕੁਰਸੀਆਂ ਚਲਾਈਆਂ ਗਈਆਂ ਨੇ, ਹੁਣ ਤੱਕ ਦੀ ਕੀ ਕੁਝ ਜਾਣਕਾਰੀ ਹੈ, ਕੀ ਇਸ ਪ੍ਰੋਗਰਾਮ ਦੇ ਵਿੱਚ ਬਾਅਦ 'ਚ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਨੇ, ਹੰਗਾਮੇ ਦੀ ਵਜ੍ਹਾ ਕੀ ਸਾਫ਼ ਹੋਈ ਹੈ? ਬਿਲਕੁਲ ਪਰਮਿੰਦਰ, ਕੋਈ ਦੌਰਾ ਨਹੀਂ ਹੈ, ਹੰਗਾਮੇ ਦੀਆਂ ਤਸਵੀਰਾਂ ਬਠਿੰਡਾ ਦੀਆਂ ਨੇ। ਜਦੋਂ ਕਿ ਬਠਿੰਡਾ ਦੇ ਵਿੱਚ ਅਕਾਲੀ ਦਲ ਵੱਲੋਂ ਯੂਥ ਦੇ ਨਾਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਪ੍ਰੋਗਰਾਮ ਕਾਫੀ ਵੱਡਾ ਸੀ, ਕਾਫੀ ਜ਼ਿਆਦਾ ਰਸ਼ ਉੱਥੇ ਹੋ ਗਿਆ ਸੀ, ਕਾਫੀ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਸੀ ਉੱਥੇ ਪਹੁੰਚੇ ਸੀ, ਪਰ ਕਿਤੇ ਨਾ ਕਿਤੇ ਜਾ ਕੇ ਕੁਰਸੀਆਂ ਦੀ ਕਮੀ ਹੋਣ ਕਰਕੇ ਇਹ ਕਿਤੇ ਨਾ ਕਿਤੇ ਲੜਾਈ ਹੋਈ ਹੈ। ਇੱਕ ਦੂਜੇ ਦੇ ਨਾਲ ਗੁੱਸਮ ਗੁੱਸੀ ਹੁੰਦੇ ਹੋਏ ਜਿਹੜੇ ਨੌਜਵਾਨ ਨੇ ਉਹ ਸਾਹਮਣੇ ਆ ਰਹੇ ਨੇ। ਕਾਫੀ ਵੱਡੀ ਗਿਣਤੀ ਵਿੱਚ ਕੁਰਸੀਆਂ ਦੀ ਤੋੜ ਫੋੜ ਇੱਥੇ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਹੀਆਂ ਨੇ। ਹਾਲਾਂਕਿ ਇਸ ਤੋਂ ਬਾਅਦ ਪੂਰੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਕੀਤਾ ਗਿਆ, ਯੂਥ ਦੇ ਜਿਹੜੇ ਆਗੂ ਸੀ ਉਹਨਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਔਰ ਦੁਬਾਰਾ ਤੋਂ ਨਵੀਆਂ ਕੁਰਸੀਆਂ ਲੈ ਕੇ ਉਸ ਜਗ੍ਹਾ 'ਤੇ ਰੱਖੀਆਂ ਗਈਆਂ, ਤਾਂ ਜੋ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਆਖਿਰਕਾਰ ਹਰਸਿਮਰਤ ਦੇ ਬਾਦਲ ਦੇ ਆਉਣ ਤੋਂ ਪਹਿਲਾਂ ਕੀ ਇਸ ਤਰ੍ਹਾਂ ਦਾ ਰੈਲੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹੋ ਗਿਆ। ਪਰ ਹਰਸਿਮਰਤ ਕੌਰ ਬਾਦਲ ਉਸ ਤੋਂ ਬਾਅਦ ਆਉਂਦੇ ਨੇ, ਰੈਲੀ ਕਰਦੇ ਨੇ, ਜਾਂਦੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਉਸ ਪੂਰੇ ਹੰਗਾਮੇ ਦੀਆਂ ਵੀਡੀਓ ਨੇ ਉੱਥੋਂ ਦੇ ਮੁੰਡਿਆਂ ਨੇ, ਉੱਥੋਂ ਦੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਕੀਤੀਆਂ, ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਕਿਉਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਖਰਲ ਪਾਇਆ ਜਾਂਦਾ, ਕਿਉਂ ਤੋੜ ਫੋੜ ਕੀਤੀ ਜਾਂਦੀ ਹੈ, ਕਿਉਂ ਇੱਕ ਦੂਜੇ 'ਤੇ ਹਮਲੇ ਕੀਤੇ ਜਾਂਦੇ ਨੇ। ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਕੋਈ ਵੀ ਆਪਣਾ ਪ੍ਰਤੀਕਰਮ ਹੈ ਫਿਲਹਾਲ ਨਹੀਂ ਦਿੱਤਾ। ਸੂਰਜ, ਕੀ ਪ੍ਰਬੰਧਾਂ ਦੇ ਵਿੱਚ ਜੋ ਕਮੀ ਉਹੀ ਇਸ ਹੰਗਾਮੇ ਦੀ ਵਜ੍ਹਾ ਕਹੀ ਜਾ ਸਕਦੀ ਹੈ ਜਾਂ ਹੋਰ ਵੀ ਕੋਈ ਕਾਰਨ ਇਸ ਦੇ ਵਿੱਚ ਹੈ? ਬਿਲਕੁਲ ਪਰਮਿੰਦਰ, ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਾਫੀ ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਜਿਹੜੇ ਨੌਜਵਾਨ ਸੀ, ਮੁੰਡੇ ਸੀ, ਯੂਥ ਸੀ, ਉਹਨਾਂ ਦਾ ਇਕੱਠ ਕੀਤਾ ਗਿਆ, ਪਰ ਕਿਤੇ ਨਾ ਕਿਤੇ ਜਾ ਕੇ ਜੋ ਬਿਠਾਉਣ ਵਾਸਤੇ ਜਿਹੜੀਆਂ ਕੁਰਸੀ ਦੇ ਇੰਤਜ਼ਾਮ ਸੀ ਉਸ ਪੈਲਸ ਦੇ ਵਿੱਚ, ਉਸ ਹੋਟਲ ਦੇ ਵਿੱਚ, ਉਹ ਨਾ ਕਾਫੀ ਸੀਗੇ, ਤਾਂ ਕਰਕੇ ਕੁਰਸੀਆਂ ਨੂੰ ਲੈ ਕੇ ਲੜਾਈ ਸੀ ਸ਼ੁਰੂ ਹੋਈ। ਉਸ ਤੋਂ ਬਾਅਦ ਹੱਥੋਂ ਪਾਈ ਤੇ ਹੱਥੋਂ ਪਾਈ ਤੋਂ ਬਾਅਦ ਤੋੜ ਫੋੜ ਤੱਕ ਦੀ ਨੌਬਤ ਆ ਗਈ ਹੈ। ਤਸਵੀਰਾਂ ਨੇ ਜਿਹੜੀਆਂ ਇਹ ਬਹੁਤ ਕੁਛ ਬਿਆਨ ਕਰਦੀਆਂ ਨੇ ਕਿ ਆਖਿਰਕਾਰ ਕਿਉਂ ਛੋਟੀ ਜਿਹੀ ਗੱਲ ਦੇ ਪਿੱਛੇ ਅਸੀਂ ਆਪਣੇ ਆਪ ਤੋਂ ਬਾਹਰ ਹੋ ਜਾਂਦੇ, ਤੇ ਆਖਿਰਕਾਰ ਵਜ੍ਹਾ ਉਸਦੀ ਲੜਾਈ ਬਣਦੀ ਹੈ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ਰਮਸਾਰ ਹੈ ਜਿਹੜਾ ਉਹ ਸਿਆਸੀ ਲੀਡਰ ਹੋਣਾ ਪਿਆ। ਠੀਕ ਹੈ ਸੂਰਜ, ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸੋ ਬਠਿੰਡਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ, ਇੱਥੇ ਕਿ ਯੂਥ ਅਕਾਲੀ ਦਲ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਹਰਸਿਮਰਤ ਕੌਰ ਬਾਦਲ ਦੇ ਆਉਣ ਤੋਂ ਪਹਿਲਾਂ, ਇੱਥੇ ਕਿ ਹੰਗਾਮਾ ਵਰਕਾਂ ਦੇ ਵਿਚਕਾਰ ਹੋ ਜਾਂਦਾ, ਇੱਕ ਦੂਜੇ 'ਤੇ ਕੁਰਸੀਆਂ ਚਲਾਈਆਂ ਜਾਂਦੀਆਂ ਨੇ, ਜੋ ਵਜ੍ਹਾ ਹੁਣ ਤੱਕ ਸਾਫ਼ ਹੋਈ ਹੈ, ਇਹੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਵਰਕਰਾਂ ਦਾ ਇਕੱਠ ਜ਼ਿਆਦਾ ਸੀਗਾ, ਉਸ ਤਰੀਕੇ ਦਾ ਕੁਰਸੀਆਂ ਦਾ ਜਿਹੜਾ ਪ੍ਰਬੰਧ ਨਹੀਂ ਸੀ, ਅਤੇ ਇਹੀ ਕਿਤੇ ਨਾ ਕਿਤੇ ਪੂਰੀ ਝੜਪ ਦੀ ਹੰਗਾਮੇ ਦੀ ਵਜ੍ਹਾ ਬਣ ਗਈ, ਜਦੋਂ ਵਰਕਰਾਂ ਦੇ ਵੱਲੋਂ ਇੱਕ ਦੂਜੇ 'ਤੇ ਕੁਰਸੀਆਂ ਦੇ ਨਾਲ ਵਾਰ ਕੀਤਾ ਗਿਆ, ਇੱਕ ਦੂਜੇ 'ਤੇ ਕੁਰਸੀਆਂ ਸੁੱਟੀਆਂ ਜਾਂਦੀਆਂ ਨੇ, ਸਭ ਕੁਝ ਕੈਮਰੇ ਦੇ ਵਿੱਚ ਕੈਦ ਹੋਇਆ। ਹਾਲਾਂਕਿ ਇਸ ਤੋਂ ਬਾਅਦ 'ਚ ਇਸ ਜਗ੍ਹਾ 'ਤੇ ਪ੍ਰਬੰਧਾਂ ਨੂੰ ਠੀਕ ਵੀ ਕੀਤਾ ਗਿਆ। ਹਰਸਿਮਰਤ ਕੌਰ ਬਾਦਲ ਵੀ ਜਿਹੜੇ ਕਿ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਨ ਦੇ ਲਈ ਬਾਅਦ 'ਚ ਪਹੁੰਚਦੇ ਨੇ, ਪਰ ਜੋ ਇਹ ਤਸਵੀਰਾਂ ਨੇ ਇਹ ਦਰਅਸਲ ਹਰਸਿਮਰਤ ਕੌਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਦੀਆਂ ਨੇ, ਜਦੋਂ ਕਿ ਯੂਥ ਅਕਾਲੀ ਦਲ ਦੇ ਵਰਕਰ ਆਪਸ ਦੇ ਵਿੱਚ ਲੜਦੇ ਭਿੜਦੇ ਹੋਏ
ਨਜ਼ਰ ਆਏ।